1924-25 ਵਿੱਚ ਜਦ ਅਕਾਲੀ ਲਹਿਰ ਬੜੇ ਜੋਬਨ ਵਿੱਚ ਸੀ ਤਾਂ ਉਸ ਵੇਲੇ ਅਕਾਲੀਆਂ ਦੀਆਂ ਕੁਰਬਾਨੀਆਂ ਤੇ ਕਾਮਯਾਬੀਆਂ ਦੇਖ ਕੇ ਕਈ ਲੋਕ ਬੜੇ ਪ੍ਰਭਾਵਿਤ ਹੋਏ ਅਤੇ ਕਈਆਂ ਨੇ ਅੰਮ੍ਰਿਤ ਛਕ ਲਿਆ ਤੇ ਅਕਾਲੀ ਬਣ ਗਏ। ਇਹਨਾਂ ਵਿੱਚੋਂ ਇੱਕ ਮੇਰਾ ਮਿੱਤਰ ਵੀ ਸੀ, ਸੋਹਣੇ ਲੰਬੇ ਕੱਦ ਦਾ ਨੌਜਵਾਨ ਤੇ ਤਕੜੇ ਸਰੀਰ ਦਾ ਮਾਲਕ ਹੋਣ ਕਰਕੇ ਕਿਰਪਾਨ ਪਹਿਣ ਕੇ ਜਾਂਦਾ ਬੜਾ ਸੋਹਣਾ ਲੱਗਦਾ ਸੀ। ਇਸੇ ਲਈ ਅਸੀਂ ਇਸ ਨੂੰ ਜਥੇਦਾਰ ਸਾਹਿਬ ਕਹਿੰਦੇ ਹੁੰਦੇ ਸਾਂ। ਇੱਥੋਂ ਤੱਕ ਕਿ ਉਹ ਜਥੇਦਾਰ ਸਾਹਿਬ ਸਦਵਾਉਣਾ ਆਪਣਾ ਹੱਕ ਸਮਝਣ ਲੱਗ ਪਿਆ। ਪਰ ਇਹ ਮਿੱਤਰ ਹੈ ਬਿਲਕੁਲ ਅਨਪੜ੍ਹ ਸੀ, ਗੁਰੋਂਕੀ ਵੀ ਨਹੀਂ ਸੀ ਜਾਣਦਾ, ਗੁਰਬਾਣੀ ਇਸਨੇ ਕਦੇ ਨਹੀਂ ਸੀ ਪੜ੍ਹੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਉਸਨੂੰ ਉਸੇ ਤਰ੍ਹਾਂ ਕੁਝ ਵੀ ਨਹੀਂ ਸੀ ਪਤਾ ਜਿਵੇਂ ਆਮ ਮੁਸਲਮਾਨਾਂ ਨੂੰ ਕੁਰਾਨ ਸ਼ਰੀਫ ਦਾ ਜਾਂ ਆਮ ਹਿੰਦੂਆਂ ਨੂੰ ਵੇਦਾਂ ਜਾਂ ਸ਼ਾਸਤਰਾਂ ਦਾ ਕੁਝ ਪਤਾ ਨਹੀਂ ਹੁੰਦਾ। ਇਸ ਦਾ ਨਤੀਜਾ ਇਹ ਹੋਇਆ ਕਿ ਮੇਰੇ ਇਸ ਮਿੱਤਰ ਉੱਤੇ ਗੁਰਸਿੱਖੀ ਦਾ ਅਸਲੀ ਰੰਗ ਕਦੇ ਨਾ ਚੜ ਸਕਿਆ। ਇਹ ਤੇ ਬਸ ਗੁਰਸਿੱਖੀ ਨੂੰ ਕਾਲਾ ਸਾਫਾ ਪਹਿਨਣਾ, ਉੱਤੋਂ ਦੀ ਕਿਰਪਾਨ ਲਟਕਾ ਲੈਣੀ, ਰਾਜਸੀ ਅਖਬਾਰਾਂ ਪੜ੍ਹਨੀਆਂ, ਆਪਸ ਵਿੱਚ ਬਹਿ ਕੇ ਲੀਡਰਾਂ ਦੀ ਨਿੰਦਿਆ ਜਾਂ ਚੁਗਲੀ ਕਰ ਛੱਡਣੀ ਹੀ ਸਿੱਖੀ ਸਮਝਦਾ ਸੀ। ਇਸ ਦੇ ਨਾਲ ਨਾਲ ਮੇਰਾ ਇਹ ਮਿੱਤਰ ਅਕਾਲੀ ਮੂਵਮੈਂਟ ਦਾ ਮਤਲਬ ਪੰਜਾਬ ਵਿੱਚ ਸਿੱਖਾਂ ਦਾ ਰਾਜ ਕਾਇਮ ਕਰਨਾ ਸਮਝਦਾ ਸੀ ਤੇ ਉਸ ਰਾਜ ਪ੍ਰਬੰਧ ਵਿੱਚ ਆਪਣੇ ਲਈ ਇੱਕ ਖਾਸ ਵਜ਼ੀਰੀ ਉੱਤੇ ਹੱਕ ਜਾਣਦਾ ਸੀ। ਉਸ ਦਾ ਸਿੱਖੀ ਨੂੰ ਨਾ ਜਾਣਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਉੱਚੇ ਸੁੱਚੇ ਉਪਦੇਸ਼ਾਂ ਨੂੰ ਨਾ ਸਮਝਣਾ ਉਸ ਵਾਸਤੇ ਬੜਾ ਮਾੜਾ ਸਾਬਤ ਹੋਇਆ। ਬੜੀ ਦੇਰ ਬਾਅਦ ਮੈਂ ਉਸ ਮਿੱਤਰ ਨੂੰ ਨਾਸਤਕ ਅਤੇ ਸੋਸ਼ਲਿਸਟ ਵੇਖ ਕੇ ਬੜਾ ਦੁਖੀ ਹੁੰਦਾ ਸਾਂ। ਮੇਰਾ ਇਹ ਮਿੱਤਰ ਹੁਣ ਧਰਮ ਨੂੰ, ਰੱਬ ਦੇ ਬੰਦਿਆਂ ਨੂੰ, ਗੁਰੂਆਂ ਜਾਂ ਅਵਤਾਰਾਂ ਨੂੰ ਸੌ ਸੌ ਗਾਲਾਂ ਕੱਢਦਾ ਸੀ। ਗੁਰਦੁਆਰਿਆਂ, ਧਰਮਸ਼ਾਲਾਵਾਂ, ਗਿਰਜਿਆਂ, ਮੰਦਰਾਂ ਤੇ ਮਸੀਤਾਂ ਦੀ ਉਕਾਈ ਲੋੜ ਨਹੀਂ ਸੀ ਸਮਝਦਾ। ਧਰਮ ਦੇ ਪ੍ਰਚਾਰ ਨੂੰ ਵੀ ਇੱਕ ਠੱਗੀ ਹੀ ਆਖਦਾ ਸੀ। ਉਸਦੀ ਇਹ ਗਿਰਾਵਟ ਇੱਥੋਂ ਤੱਕ ਵਧੀ ਕਿ ਬਜ਼ੁਰਗ ਉਮਰ ਵਿੱਚ ਜਾ ਕੇ ਵੀ ਉਹ ਆਚਰਣ ਤੋਂ ਗਿਰੀਆਂ ਹੋਈਆਂ ਗੱਲਾਂ ਬਿਨਾਂ ਕਿਸੇ ਝਿਜਕ ਦੇ ਲੰਬਾ ਲੰਬਾ ਸਮਾਂ ਕਰ ਸਕਦਾ ਸੀ। ਕਿਉਂਕਿ ਕਿਸੇ ਵੇਲੇ ਮੈਂ ਇਸ ਮਿੱਤਰ ਨਾਲ ਬਹੁਤ ਪਿਆਰ ਕਰਦਾ ਸਾਂ, ਇਸ ਲਈ ਇਸ ਬਾਰੇ ਵਿੱਚ ਮੈਂ ਕਿੰਨੀ ਦੇਰ ਸੋਚਦਾ ਰਹਿੰਦਾ ਸਾਂ। ਉਸ ਦੀ ਇਸ ਹੈਰਾਨੀ ਭਰੀ ਤਬਦੀਲੀ ਦਾ ਕਾਰਨ ਮੈਨੂੰ ਸਿਰਫ ਇਹ ਹੀ ਲੱਭਿਆ ਕਿ ਅਸਲ ਵਿੱਚ ਉਹ ਸਹੀ ਅਰਥਾਂ ਵਿੱਚ ਗੁਰੂ ਕਾ ਸਿੱਖ ਕਦੇ ਵੀ ਨਹੀਂ ਸੀ ਬਣਿਆ। ਇਹ ਸਾਡੀ ਗਲਤੀ ਸੀ ਕਿ ਅਸੀਂ ਉਸਦੇ ਲੰਬੇ ਕੱਦ ਨੂੰ ਵੇਖ ਕੇ ਕਿਰਪਾਨ ਪਹਿਨਣ ਕਰਕੇ ਉਸ ਨੂੰ ਅਕਾਲੀ ਸਮਝਦੇ ਸਾਂ। ਉਸ ਨੂੰ ਤੇ ਸਿੱਖੀ ਦੀ ਉਦੋਂ ਵੀ ਕੋਈ ਸਮਝ ਨਹੀਂ ਸੀ ਤੇ ਹੁਣ ਵੀ ਕੁਝ ਨਹੀਂ ਸੀ ਪਤਾ। ਕੇਵਲ ਵੇਲੇ ਦੀ ਲੋੜ ਮੁਤਾਬਕ ਉਸਨੇ ਅੰਮ੍ਰਿਤ ਛਕ ਲਿਆ ਤੇ ਜਦੋਂ ਅਕਾਲੀ ਲਹਿਰ ਤੋਂ ਬਾਅਦ ਸਿੱਖ ਰਾਜ ਕਾਇਮ ਹੁੰਦਾ ਨਾ ਵੇਖਿਆ ਤਾਂ ਉਹ ਫਿਰ ਕਮਿਊਨਿਸਟਾਂ ਦੇ ਰਾਜ ਦੇ ਸੁਪਨੇ ਲੈਣ ਲੱਗ ਪਿਆ। ਇਸ ਤਰ੍ਹਾਂ ਦੇ ਅਨੇਕਾਂ ਬਹੁਰੂਪੀਏ ਅਕਾਲੀ ਹੁਣ ਵੀ ਸਾਡੇ ਅੰਦਰ ਮੌਜੂਦ ਨੇ। ਵੈਸੇ ਉਹਨਾਂ ਦੀ ਪਛਾਣ ਬੜੀ ਸੌਖੀ ਹੈ। ਜਿਹੜਾ ਅਕਾਲੀ ਨਿਤਨੇਮ ਨਹੀਂ ਕਰਦਾ, ਗੁਰਬਾਣੀ ਨਾਲ ਜਿਸ ਨੂੰ ਆਪਣੀ ਅੰਤਰ ਆਤਮਾ ਤੋਂ ਪਿਆਰ ਨਹੀਂ, ਸਮਝ ਲਵੋ ਉਹ ਬਹੁਰੂਪੀਆ ਜਾਂ ਭੇਖੀ ਅਕਾਲੀ ਹੈ। ਉਹ ਆਪਣੇ ਆਪ ਨੂੰ ਅਕਾਲੀ ਕਿਸੇ ਮਤਲਬ ਵਾਸਤੇ ਕਹਾ ਰਿਹਾ ਪਰ ਅਸਲ ਵਿੱਚ ਉਹ ਅਕਾਲੀ